ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ਟੀਚ ਵਨ ਬ੍ਰਿੰਗ ਵਨ ਦਾਖਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਫਾਜ਼ਿਲਕਾ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਪ੍ਰਦੀਪ ਕੁਮਾਰ ਖਣਗਵਾਲ ਨੇ ਇਸ ਮੁਹਿੰਮ ਦਾ ਆਗਾਜ਼ ਕੀਤਾ। ਉਹਨਾਂ ਪਿੰਡ ਥੇ ਕਲੰਦਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀਆਂ ਗਲੀਆਂ ਨੁੱਕੜ ਚੁਰਾਹੇ ਵਿੱਚ ਜਾ ਕੇ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ। ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਹੁਤ ਅੱਗੇ ਲੰਘ ਚੁੱਕੇ ਹਨ। ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਅਤੇ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨ। ਡਿਪਟੀ DO ਸ਼੍ਰੀ ਖਣਗਵਾਲ ਨੇ ਪਿੰਡ ਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ। ਆਓ ਵੇਖਦੇ ਹਾਂ ਪਿੰਡ ਵਿੱਚ ਦੱਸੀਆਂ ਜਾ ਰਹੀਆਂ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਦੀ ਝਲਕ। ਵੇਖਦੇ ਰਹੋ ਪੰਜਾਬ ਬਾਣੀ ਨਿਊਜ਼ ਚੈਨਲ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ।
ਜਿਹੜੇ ਜੇਕਰ ਤੁਹਾਡੇ ਸੀਕਰੇਟ ਹਾਰਟ ਦੇ ਵਿੱਚ ਬੱਚੇ ਪੜ੍ਹਦੇ ਨੇ ਜਾਂ ਕਿਹੜੇ ਵੀ ਕੋਨਵੈਂਟ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ, ਤੁਸੀਂ ਸਾਡੇ ਬੱਚਿਆਂ ਦੇ ਸਾਹਮਣੇ ਉਹਨਾਂ ਦਾ ਕੰਪੇਰੇਟਿਵ ਕਰੋ। ਤੁਹਾਡੇ ਬੱਚਿਆਂ ਨੂੰ ਮੈਂ ਪੂਰੇ ਗਰਵ ਦੇ ਨਾਲ ਕਿੰਨਾ ਅੱਗੇ ਨਹੀਂ ਵਧੂੰਗਾ। ਇਹ ਜਿਹੜੇ ਗਰੀਬਾਂ ਦੇ ਬੱਚੇ ਨੇ ਜਿਨ੍ਹਾਂ ਦੇ ਰਿਕਸ਼ਾ ਚਲਾ ਰਹੇ ਨੇ, ਅਤੇ ਤੁਸੀਂ ਫੀਲ ਨਹੀਂ ਕਰਨਾ ਵੱਡੀ ਵੱਡੀ ਕੋਠੀਆਂ ਵਾਲੇ ਹੋ, ਪਰ ਇਹ ਬੱਚੇ ਜਿਹੜੇ ਕਿ ਅਸੀਂ SSB ਬਣਾਉਣੇ ਨੇ, DSP ਬਣਾਉਣੇ ਨੇ, ਡਿਪਟੀ ਕਮਿਸ਼ਨਰ ਬਣਾਉਣੇ ਨੇ, ਅਤੇ ਇਹ ਨਾ ਹੋਵੇ। ਮੈਂ ਇਹ ਕਹਿਣਾ ਚਾਹੁੰਦਾ ਵੱਡੀਆਂ ਵੱਡੀਆਂ ਕੋਠੀਆਂ ਵਾਲੇ ਜਿਹੜੇ ਨੇ ਉਹ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਨੇ ਐਜੂਕੇਸ਼ਨ ਨੇ ਤੁਹਾਡੀ ਜ਼ਮੀਨ ਵਧਾਉਣੀ ਨੇ। ਐਜੂਕੇਸ਼ਨ ਦੇ ਨਾਲ ਤੁਸੀਂ 20 ਕਿੱਲੇ ਦੇ ਨਾਲ 100 ਕਿੱਲੇ ਬਣਾ ਲਓਗੇ, ਪਰ ਜ਼ਮੀਨ ਦੇ ਨਾਲ ਤੁਸੀਂ ਐਜੂਕੇਸ਼ਨ ਨਹੀਂ ਖਰੀਦ ਸਕਦੇ। ਇਸ ਵਾਸਤੇ ਜੋ ਉਹ ਚੀਜ਼ਾਂ ਦੇ ਰਹੇ ਸੀ ਅਸੀਂ ਉਹ ਸਾਰੀਆਂ ਚੀਜ਼ਾਂ ਦੇਤੀਆਂ ਨੇ, ਅਤੇ ਕਿਉਂ ਆਪਣੀਆਂ ਕਮਾਈਆਂ ਤੁਸੀਂ ਖਰਾਬ ਕਰਦੇ ਹੋ? ਅਤੇ ਆਪਣੀ ਕਮਾਈ ਮਿਹਨਤ ਦੀ ਜਿਹੜੀ ਹੈ ਉਹ ਤੁਸੀਂ ਆਪਦੇ ਕੋਲ ਰੱਖੋ, ਤੁਸੀਂ ਆਪ ਵੀ ਅਤੇ ਆਪਣੇ ਦੂਜੇ ਪਿੰਡਾਂ ਵਾਲਿਆਂ ਨੂੰ ਵੀ ਕਹੋ, ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਦਾਖਲ ਕਰਵਾਓ। ਅਸੀਂ ਕਿਸੇ ਪ੍ਰਕਾਰ ਦੀ ਕਸਰ ਨਹੀਂ ਛੱਡੀ, ਅਸੀਂ ਮਹਿੰਗੇ ਸਕੂਲਾਂ ਨੂੰ ਹੁਣ ਲਤਾੜ ਦਿੱਤਾ ਹੈ, ਅਸੀਂ ਉਹਨਾਂ ਦੇ ਉੱਤੋਂ ਟੱਪ ਕੇ ਲੰਘ ਗਏ ਹਾਂ, ਅਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਸਕੂਲ ਜਿਹੜੇ ਨੇ ਬੜੇ ਅਪਲਿਫਟ ਹੋ ਜਾਣਗੇ। ਇਸ ਵਾਸਤੇ ਮੇਰੀ ਉਮੀਦ ਹੈ ਤੁਹਾਨੂੰ ਤੋਂ, ਮੈਂ ਤੁਹਾਨੂੰ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਸਾਰੇ ਪਿੰਡ ਨੂੰ ਇਹ ਕਹੋ ਕਿ ਸਰਕਾਰੀ ਸਕੂਲਾਂ ਦੇ ਬੱਚੇ ਦਾਖਲ ਕਰਵਾਓ। ਪਲੀਜ਼ ਆਪਣਾ ਵੀ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ, ਬਾਕੀ ਟੀਚਰ ਵੀ ਇਮਾਨਦਾਰੀ ਨਾਲ ਪੜ੍ਹਾਉਣ ਤਾਂ ਇਹਦੀ ਗੱਲ ਨਹੀਂ ਜਿਹੜੀ ਨਾ, ਟੀਚਰ ਵੀ ਬਹੁਤ ਵਧੀਆ ਪੜ੍ਹਾ ਰਹੇ ਆ, ਅਤੇ ਬਹੁਤ ਚੰਗੀ ਚੀਜ਼ ਦੇਖੋ ਸਾਡੇ ਸਾਰੇ ਪੰਜਾਬ ਦੇ ਵਿੱਚ ਹੀ ਟੀਚਰ ਏਦਾਂ ਹੋ, ਇਹ ਬਹੁਤ ਚੰਗੀ ਗੱਲ ਆ। ਇਹ ਆ ਨਾ ਪਹਿਲਾਂ ਵੀ ਕਹਿੰਦੇ ਵੀ ਟੀਚਰ ਸਹੀ ਹੋ ਜਾਂਦਾ ਬੱਚੇ ਨੂੰ, ਤੁਸੀਂ ਯਾਨੀ ਕਿ ਸਾਨੂੰ ਬੱਚੇ ਦਿਓ, ਅਸੀਂ ਤੁਹਾਡੇ ਵਾਸਤੇ ਜਿਹੜੀ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਦਾਂਗੇ, ਇੱਥੇ ਸਕੂਲ ਦੀ AC ਵੀ ਦੇ ਦਾਂਗੇ, ਅਤੇ ਫਰਨੀਚਰ ਵਗੈਰਾ, ਝੂਲੇ ਵਗੈਰਾ, LED ਵਗੈਰਾ, ਇਹ ਸਾਰਾ ਕੁਝ ਹੈਗਾ ਹੈ। ਸਿਰਫ ਮੋਟੀਵੇਟ ਕਰੋ ਬੱਚਿਆਂ ਨੂੰ।